ਗੁਰਦਾਸਪੁਰ ਦੇ ਐਕਸਾਈਜ਼ ਵਿਭਾਗ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ 228 ਸ਼ਰਾਬ ਦੀਆਂ ਬੋਤਲਾਂ ਸਮੇਤ ਇੱਕ ਗੱਡੀ ਅਤੇ 2 ਵਿਅਕਤੀ ਮੌਕੇ ਤੇ ਫੜੇ ਨੇ, ਜਿਨ੍ਹਾਂ ਨੂੰ ਮੌਕੇ ਤੇ ਹੀ 1,00,000 ਰੁਪਏ ਦਾ ਜੁਰਮਾਨਾ ਵੀ ਕਰ ਦਿੱਤਾ ਗਿਆ। ਇੱਕ ਮੁਖਬਰੀ ਮਿਲੀ ਸੀ ਕਿ ਗੱਡੀ ਇੱਕ ਆ ਰਹੀ ਹੈ ਟਾਟਾ ਵਿਸਟਾ, ਜਿਹ 'ਚ ਕੋਈ ਸ਼ਰਾਬ ਨਜਾਇਜ਼ ਲੈਂਦੀ ਹੋਈ ਹੈ। ਉਹੀ ਬਿਆਨਪੁਰ ਲਾ ਕੇ ਨਾਕਾ ਲਗਾਇਆ ਸੀਗਾ ਨਾਲ ਮੁਲਾਜ਼ਮ ਸਿੰਘ, ਅਤੇ ਉਹਨੇ ਜੇ ਚੈੱਕ ਕੀਤਾ ਫਿਰ 'ਚ ਵੇਖਿਆ ਤਾਂ ਪਹਿਲਾਂ ਗੱਡੀ ਭਜਾਉਣ ਲੱਗਾ ਸੀਗਾ, ਉਹਦੇ ਅੱਗੇ ਟਰੱਕ ਆ ਗਿਆ, ਫਿਰ ਰੋਕ ਲਿਆ ਉਹਨੂੰ। ਅਤੇ ਉਹ 'ਚ 19 ਪੇਟੀਆਂ ਸ਼ਰਾਬ ਕੋਈ 228 ਬੋਤਲਾਂ ਬਣ ਗਈਆਂ, ਜਾਂ ਉੱਧਰੋਂ ਸਸਤੀ ਰੇਟ 'ਤੇ ਲੈ ਕੇ ਆ ਰਹੇ ਪਠਾਨਕੋਟ ਵੱਲੋਂ। ਅਤੇ ਇਹ ਕੋਈ ਤਾਂ ਕਹਿੰਦਾ ਵੀ ਮੈਂ ਕੰਬਾਈਨ ਚਲਾਉਣਾ ਅਤੇ ਮੇਰੇ ਨਾਲ ਬੰਦੇ ਵਾ ਉਹ ਕੰਮ ਕਰਦੇ ਨੇ, ਇਸ ਕਰਕੇ ਲਿਆਉਂਦੀਆਂ ਨੇ। ਪਰ ਫਿਰ ਵੀ ਇਹ 'ਤੇ ਪਰਚਾ ਕਰਾ ਕੇ ਅਤੇ ਇਹ 'ਤੇ 1,00,000 ਜੁਰਮਾਨਾ ਲਗਾ ਦਿੱਤਾ, ਇਹਨੂੰ ਜੁਰਮਾਨਾ ਭਰਨਾ ਚਾਹਿਆ ਗਿਆ। ਇਹ ਕੋਈ ਹਰਪਾਲ ਸਿੰਘ ਸੀਗਾ, ਪੁੱਤਰ ਸੂਰਤਾ ਸਿੰਘ, ਇੱਕ ਅਤੇ ਗਗਨਦੀਪ ਸਿੰਘ ਪੁੱਤਰ ਸਾਗਰ ਸਿੰਘ, 2 ਬੰਦੇ ਸੀ ਲੋਕਲ ਗੁਰਦਾਸਪੁਰ। ਸ਼ਰਾਬ ਕਹਿੰਦੇ ਇਹ ਤਾਂ ਕਹਿੰਦੇ ਅਸੀਂ ਕੰਬਾਈਨ ਰੱਖੀ ਆ ਅਤੇ ਕੰਬਾਈਨ ਤੋਂ ਬੰਦੇ ਕੰਮ ਕਰਦੇ ਉਹਨਾਂ ਵਾਸਤੇ, ਅਤੇ ਅੱਗੋਂ ਬੰਦਾ ਵੇਚਦਾ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।